सरकार तो बड़े बड़े दावे कर दिया भी इतने हस्पतालों डॉक्टर तैनात नहीं, किन्ने कु डॉक्टर ने? कोई डॉक्टर नहीं है जी, इधर उधर सत्त नंबर के सोनिया मैडम देख रहे हैं, तीन डॉक्टर ने ड्यूटी लाई है पर हजे ज्वाइन कोई नहीं कर रहा है, इस करके सर असं बहुत ज़्यादा परेशान आए थे। जो हम प्राइवेट जाना पू जा पटियाले जाना पू, इन्ना टाइम कि सर जी तो हम यही है, फिर दिन गए हो एमरजेंसी हैगी, कोई इतने वो नहीं है। ਜਿਹੜੀਆਂ ਸਾਡੀਆਂ ਭੈਣਾਂ ਨੇ ਇੱਥੇ ਆਉਂਦੀਆਂ ਨੇ ਇਲਾਜ ਲਈ, ਉਹਨਾਂ ਨੂੰ ਵੱਡੀ ਵੱਡੀ ਪ੍ਰੋਬਲਮ ਆ ਰਹੀ ਆ, ਡਿਲੀਵਰੀ ਲਈ ਆ ਰਹੀ, ਇਹਨਾਂ ਨੂੰ ਤੁਰੰਤ ਪਟਿਆਲੇ ਭੇਜ ਦਿੱਤਾ ਹੁੰਦਾ। ਪਟਿਆਲੇ ਦੇਖੋ ਜਾਣ ਦੇ ਵਿੱਚ ਲੋਕਾਂ ਨੂੰ ਕਿੰਨੀ ਮੁਸ਼ਕਲ ਆਉਂਦੀ ਹੈ, ਲੋਕ ਤਾਂ ਵਿਚਾਰੇ ਇੱਥੇ ਪਿੰਡਾਂ ਤੋਂ ਆ ਕੇ ਮਸਾਂ ਆਪਣੇ ਪਿੰਡਾਂ ਨੂੰ ਜਾਂਦੇ ਨੇ। ਪੰਜਾਬ ਸਰਕਾਰ ਵੱਲੋਂ ਲੱਖਾਂ ਦਾਅਵੇ ਕੀਤੇ ਗਏ ਜਾਂਦੇ ਹਨ ਕਿ ਹਸਪਤਾਲਾਂ ਵਿੱਚ ਪੂਰੀਆਂ ਸਹੂਲਤਾਂ ਮਿਲ ਰਹੀਆਂ ਨੇ, ਪਰ ਨਾਭਾ ਦਾ ਇਹ ਜਨਾਨਾ ਹਸਪਤਾਲ ਆ, ਤੁਸੀਂ ਤਸਵੀਰਾਂ ਵੇਖ ਸਕਦੇ ਹੋ, ਬਿਲਕੁਲ ਇੱਥੇ ਸੁੰਨਸਾਨ ਆ, ਕਿਉਂਕਿ ਇੱਥੇ ਲੇਡੀ ਡਾਕਟਰ ਨਾ ਹੋਣ ਕਰਕੇ ਇੱਥੇ ਜੋ ਮਰੀਜ਼ ਆਉਂਦੇ ਨੇ ਇੱਥੋਂ ਭੇਜ ਦਿੱਤੇ ਜਾਂਦੇ ਨੇ, ਜਾਂ ਤਾਂ ਉਹਨਾਂ ਨੂੰ ਪਟਿਆਲਾ ਰੈਫਰ ਕਰ ਦਿੱਤਾ ਜਾਂਦਾ ਹੈ, ਜਾਂ ਕਿਸੇ ਪ੍ਰਾਈਵੇਟ ਹਸਪਤਾਲ ਵਿੱਚ ਰੈਫਰ ਕੀਤਾ ਜਾਂਦਾ ਹੈ, ਕਿਉਂਕਿ ਪੰਜਾਬ ਸਰਕਾਰ ਦੇ ਜੋ ਦਾਅਵੇ ਸੀ ਉਹ ਬਿਲਕੁਲ ਖੋਖਲੇ ਵਿਖਾਈ ਦੇ ਰਹੇ ਨੇ। ਤਸਵੀਰਾਂ ਦਿਖਾ ਰਿਹਾ ਨਾਭਾ ਦੇ ਸਰਕਾਰੀ ਹਸਪਤਾਲ ਦੀਆਂ, ਅਤੇ ਅਸੀਂ ਗੱਲ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਜੋ ਮਰੀਜ਼ਾਂ ਨਾਲ, ਅਤੇ ਇਹ ਕੀ ਕਹਿਣਾ ਚਾਹੁੰਦੇ ਨੇ, ਤੁਸੀਂ ਕੀ ਕਰਨ ਆਏ ਹੋ ਇੱਥੇ? ਦਿਖਾਉਣਾ ਸੀ ਇੱਥੇ? ਹਾਂਜੀ ਹਾਂਜੀ, ਪੇਸ਼ੈਂਟ ਨੂੰ ਦਿਖਾਉਣਾ ਹੈ। ਪੇਸ਼ੈਂਟ ਦਿਖਾਉਣਾ? ਇੱਥੇ ਡਾਕਟਰ ਹੈ ਨਹੀਂ? ਨਹੀਂ ਸਰ, ਡਾਕਟਰ ਹੈ ਨਹੀਂ, ਅਤੇ ਇਹਨਾਂ ਨਾਲ ਵੀ ਗੱਲ ਕਰਦੇ ਹਾਂ ਮੈਡਮ ਨੇ। ਮੈਡਮ ਕੀ ਕਹਿਣਾ ਚਾਹੁੰਦੇ ਹੋ ਇੱਥੇ ਜਿਹੜੇ ਪੇਸ਼ੈਂਟ ਲਗਾਤਾਰ ਮੁੜ ਰਹੇ ਨੇ? ਸਰਕਾਰ ਤਾਂ ਵੱਡੇ ਵੱਡੇ ਦਾਅਵੇ ਕਰਦੇ ਆ ਵੀ ਇੱਥੇ ਹਸਪਤਾਲਾਂ 'ਚ ਡਾਕਟਰ ਤੈਨਾਤ ਨਹੀਂ, ਕਿੰਨੇ ਕੁ ਡਾਕਟਰ ਨੇ ਇੱਥੇ? ਸਰ ਕੋਈ ਡਾਕਟਰ ਨਹੀਂ ਹੈਗਾ ਜੀ, ਇੱਧਰ ਉੱਧਰ ਸੱਤ ਨੰਬਰ ਦੇ ਵਿੱਚ ਸੋਨੀਆ ਮੈਡਮ ਦੇਖ ਰਹੇ ਨੇ। ਵੈਸੇ ਅਸੀਂ ਵੀ ਗਏ ਸੀਗੇ ਐਸਐਮ ਮੈਡਮ ਕੋਲ, ਉਹ ਕਹਿੰਦੇ ਵੀ ਤਿੰਨ ਡਾਕਟਰਾਂ ਨੇ ਡਿਊਟੀ ਲਾਈ ਹੈ ਪਰ ਹਜੇ ਜੁਆਇਨ ਕੋਈ ਨਹੀਂ ਕਰ ਰਿਹਾ ਹੈ, ਇਸ ਕਰਕੇ ਸਰ ਅਸੀਂ ਬਹੁਤ ਜ਼ਿਆਦਾ ਪਰੇਸ਼ਾਨ ਹਾਂ ਇੱਥੇ ਡਾਕਟਰਾਂ ਦੇ। ਮਹਿੰਗੇ ਭਾਅ ਦੀ ਦਵਾਈ ਜਿਹੜੀ ਹੈਗੀ, ਜੇ ਹੁਣ ਪ੍ਰਾਈਵੇਟ 'ਚ ਜਾਣਾ ਪਊ ਜਾਂ ਪਟਿਆਲੇ ਜਾਣਾ ਪਊ, ਇੰਨਾ ਟਾਈਮ ਕਿਹਦੇ ਕੋਲ ਆ? ਸਰ ਇਹ ਤਾਂ ਹੁਣ ਹੈਗੀ ਹੈਗੇ, ਫਿਰ ਦਿਨ ਗਏ ਹੋਇਆ ਪਿਆ ਐਮਰਜੈਂਸੀ ਹੈਗੀ, ਕੋਈ ਇੱਥੇ ਉਹ ਨਹੀਂ ਹੈਗਾ, ਸਿਰਫ ਉੱਧਰ ਦੇਖਦੇ ਨੇਗੇ, ਸੋਨੀਆ ਮੈਡਮ ਦੇਖ ਰਹੇ ਨੇ, ਉਹ ਵਧੀਆ ਦੇਖ ਰਹੇ ਨੇ ਜੀ ਬੰਦੇ ਹੈਗੇ ਇੱਥੇ। ਪਰਮਾਨੈਂਟ ਡਿਊਟੀ ਇੱਥੇ ਕਿਸੇ ਦੀ? ਪਰਮਾਨੈਂਟ ਕਿਸੇ ਦੀ ਡਿਊਟੀ ਨਹੀਂ ਹੈਗੀ। ਤੁਸੀਂ ਕਿੰਨੇ ਟਾਈਮ ਤੋਂ ਖੱਜਲ ਖੁਆਰ ਹੋ ਰਹੇ ਹੋ ਇੱਥੇ? ਸਰ ਹੋ ਗਏ ਦੋ ਮਹੀਨੇ ਹੋ ਗਏ ਜੀ। ਦੋ ਮਹੀਨੇ ਹੋ ਗਏ? ਹਾਂਜੀ, ਹੁਣ ਇੱਕ ਦੋ ਵਾਰ ਪਟਿਆਲੇ ਦਿਖਾਏ ਜੀ। ਪਟਿਆਲੇ ਜਾ ਰਹੇ ਹੋ ਤੁਸੀਂ ਰਹਿਣ ਵਾਲੇ ਇੱਥੇ ਹੋ? ਪਟਿਆਲੇ ਘੱਟੋ ਘੱਟ 30 ਕਿਲੋਮੀਟਰ, ਫਿਰ ਆਉਣ ਜਾਣ ਉੱਥੇ ਵੀ ਖੱਜਲ ਖੁਆਰ? ਬਹੁਤ ਦਿੱਕਤ ਹੁੰਦੀ ਹੈ ਜੀ ਪਟਿਆਲੇ ਜਾਣ 'ਚ, ਸਾਨੂੰ ਵੀ ਐਂ ਹੀ ਉਰੇ ਕੋਈ ਡਾਕਟਰ ਹੋਵੇ ਸੰਭਾਲਣ ਵਾਲੇ, ਉਹਦੇ ਵਰਗੀ ਤਾਂ ਕੋਈ ਗੱਲ ਨਹੀਂ ਹੈ। ਸਰ ਹੁਣ ਸਾਡੇ ਐਸ ਐਮ ਸਾਹਿਬ ਨੇ ਵੀ ਮਤਲਬ ਦੋ ਦਿੱਤਾ ਹੋਇਆ ਲੈਟਰ, ਇੰਨੀ ਵਾਰ ਉਹਨਾਂ ਨੇ ਦੇ ਤੇ ਕਿਹਾ ਹੈਗਾ ਸਰ, ਪਹਿਲਾਂ ਲੱਗੇ ਹੋਏ ਸੀਗੇ ਡਾਕਟਰ ਏਕਤਾ ਦੀ ਲਿਖੀ ਹੋਈ ਸੀ, ਅਤੇ ਡਾਕਟਰ ਬਲਜੀਤ ਦੀ ਲੱਗੀ ਹੋਈ ਸੀ ਡਿਊਟੀ ਇੱਥੇ, ਉਹ ਮਹੀਨਾ ਡੇਢ ਮਹੀਨਾ ਲਾ ਕੇ ਆਏ, ਫਿਰ ਤਿੰਨੋਂ ਉਹਨਾਂ ਦੀ ਰੈਪੂਟੇਸ਼ਨ ਜਿਹੜੀ ਖਤਮ ਹੋ ਗਈ। ਇਸ ਤੋਂ ਬਾਅਦ ਉਹਨਾਂ ਨੇ ਫਿਰ ਹੁਣ ਕਿਹਾ ਹੋਇਆ ਕਹਿੰਦੇ ਵੀ ਤਿੰਨ ਡਾਕਟਰਾਂ ਦੀ ਡਿਊਟੀ ਲਾਤੀ ਅਸੀਂ, ਪਰ ਹਜੇ ਜੁਆਇਨ ਕੋਈ ਨਹੀਂ ਕਰ ਰਿਹਾ ਹੈ। ਕਾਗਜ਼ਾਂ 'ਚ ਡਿਊਟੀ ਆ ਜਿਹੜੀ ਹੈਗੀ, ਇੱਥੇ ਜਦੋਂ ਹੋਊਗਾ ਕੋਈ ਬੈਠੂਗਾ ਜਿਹੜੇ ਹੈਗੇ, ਤੁਸੀਂ ਉਹਦਾ ਲਾਭ ਲੈ ਸਕੋਗੇ, ਤਾਂ ਹੀ ਹੈ ਨਾ ਕਾਗਜ਼? ਬਿਲਕੁਲ ਬਿਲਕੁਲ ਬਿਲਕੁਲ, ਇਹ ਤਾਂ ਹੀ ਹੈ ਸਰ, ਤੁਹਾਡੀ ਗੱਲ ਬਿਲਕੁਲ ਸਹੀ ਹੈ, ਜੇ ਹੁਣ ਇੱਥੇ ਕੋਈ ਡਾਕਟਰ ਹੋਊਗਾ ਤਾਂ ਹੀ ਲਾਭ ਲੈ ਸਕਾਂਗੇ। ਹੁਣ ਉੱਧਰ ਚਾਹੇ ਡਿਊਟੀ ਲਾਈ ਹੋਈ ਆ, ਡਾਕਟਰ ਸੋਨੀਆ ਦੇਖ ਰਹੇ ਨੇ, ਬਹੁਤ ਵਧੀਆ ਦੇਖ ਰਹੇ ਨੇ ਪੇਸ਼ੈਂਟ ਸਾਰੇ, ਉਹ ਕਰ ਰਹੇ ਨੇ, ਪਰ ਡਿਲੀਵਰੀਆਂ ਦੀ ਤਾਂ ਪ੍ਰੋਬਲਮ ਹੈਗੀ ਹੋਈ ਹੈ ਸਰ, ਐਮਰਜੈਂਸੀ ਹੈਗੀ ਹੋਈ ਹੈ ਸਾਰਿਆਂ ਨੂੰ। ਡਿਲੀਵਰੀਆਂ ਲੈ ਲਓ, ਜਿਹੜਾ ਹਸਪਤਾਲ ਜਿੱਥੇ ਇੱਥੇ 100-100 ਪੇਸ਼ੈਂਟ ਆਉਂਦਾ ਜੀ ਦਿਖਾਉਣ, ਇੱਥੇ ਤਾਂ ਕੋਈ ਨਹੀਂ, ਤੁਹਾਡੇ 1-2 ਜਿਹੜੇ ਹੈਗੇ ਆ ਉਹ ਇੱਥੇ ਹੈਗੇ ਨੇ? ਸਰ ਡਾਕਟਰ ਤੋਂ ਬਗੈਰ ਸਾਰੇ ਇੱਧਰ ਉੱਧਰ ਵਿਚਾਰੇ ਜਾਈ ਜਾਂਦੇ, ਕੋਈ ਪਟਿਆਲੇ ਰਜਿੰਦਰਾ 'ਚ ਜਾ ਰਿਹਾ, ਕੋਈ ਮਾਡਲ ਟਾਊਨ ਜਾ ਰਿਹਾ ਹੈਗਾ। ਹੁਣ ਜਿਹੜੀ ਡਾਕਟਰਾਂ ਦੇ ਇੱਥੋਂ ਇੱਥੇ ਡਿਊਟੀ ਲੱਗੀ ਸੀ, ਫਿਰ ਅਸੀਂ ਮਾਡਲ ਟਾਊਨ ਲੈ ਕੇ ਜਾਂਦੇ ਹਾਂ ਡਿਲੀਵਰੀਆਂ ਵਾਸਤੇ। ਇਸ ਕਰਕੇ ਸਾਡੀ ਇਹੀ ਮੰਗ ਆ ਸਰ, ਅਸੀਂ ਕਹਿਣਾ ਹੀ ਸੀਗਾ ਅੱਜ ਵੀ ਅਸੀਂ ਮਿਲਣਾ ਸੀ ਮੈਡਮ ਨੂੰ, ਵੀ ਸਾਨੂੰ ਇੱਥੇ ਡਾਕਟਰ ਦੀ ਜਲਦੀ ਤੋਂ ਜਲਦੀ ਅਪਾਇੰਟਮੈਂਟ ਹੋਣੀ ਚਾਹੀਦੀ ਹੈ ਸਰ ਇੱਥੇ। ਤੁਸੀਂ ਦੇਖਿਆ ਪੇਸ਼ੈਂਟ ਵੀ ਕਾਫੀ ਖੱਜਲ ਖੁਆਰ ਹੋ ਰਹੇ ਨੇ, ਭਾਵੇਂ ਕਿ SMO ਵੱਲੋਂ ਕਿਹਾ ਗਿਆ ਵੀ ਇੱਥੇ ਡਾਕਟਰ ਆਉਣਗੇ, ਪਰ ਜ਼ਮੀਨੀ ਪੱਧਰ 'ਤੇ ਤਸਵੀਰਾਂ ਕੁਝ ਹੋਰ ਹੀ ਬਿਆਨ ਕਰ ਰਹੇ ਨੇ। ਅਸੀਂ ਅੰਦਰਲੀਆਂ ਤਸਵੀਰਾਂ ਦਿਖਾ ਰਹੇ ਹਾਂ, ਅੰਦਰਲੀਆਂ ਤਸਵੀਰਾਂ ਵਿੱਚ ਇੱਥੇ ਕੋਈ ਵੀ ਡਾਕਟਰ ਇੱਥੇ ਮੌਜੂਦ ਨਹੀਂ ਹੈ। ਤੁਸੀਂ ਤਸਵੀਰਾਂ ਦੇਖ ਸਕਦੇ ਹੋ, ਬੈੱਡ ਬਿਲਕੁਲ ਖਾਲੀ ਪਏ ਨੇ, ਕਿਉਂਕਿ ਡਾਕਟਰ ਨਾ ਹੋਣ ਕਰਕੇ ਕਿਤੇ ਨਾ ਕਿਤੇ ਜੋ ਮਰੀਜ਼ਾਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈਗਾ। ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਇੱਥੇ ਜੋ ਸਟਾਫ ਆ ਉਹ ਤਾਂ ਜ਼ਰੂਰ ਬੈਠਾ, ਪਰ ਡਾਕਟਰਾਂ ਦੀ ਘਾਟ ਹੋਣ ਦੇ ਕਾਰਨ ਜਿਹੜਾ ਹੈਗਾ ਕਾਫੀ ਮੁਸ਼ਕਲਾਂ ਸਾਹਮਣਾ ਕਰ। ਤੁਸੀਂ ਕੀ ਕਹਿਣਾ ਚਾਹੋ, ਕਿੰਨੇ ਟਾਈਮ ਤੋਂ ਡਾਕਟਰ ਨਹੀਂ ਆਏ? 1 ਮੰਥ ਤੋਂ ਸਰ। 1 ਮੰਥ ਤੋਂ ਆਏ ਸੀ, ਵਿੱਚ ਆਏ ਸੀਗੇ, ਔਰ ਡਾਕਟਰ ਏਕਤਾ ਔਰ ਡਾਕਟਰ ਦਲਜੀਤ ਆਉਂਦੇ ਰਹੇ ਹੈ ਉਰੇ, ਹੁਣ 1 ਤਰੀਕ ਤੋਂ ਫਿਰ ਨਹੀਂ ਹੈਗੇ, ਆ 1 ਤਰੀਕ ਤੋਂ।
एक सितंबर तो फिर काफ़ी मुश्किल सामना जिमें गरीब ने ज़्यादातर ज़्यादा गरीब लोगों ज़्यादा साढ़े एस एम ओ मैम ने भी लिख के भेजा हो आशा वर्कर भी जाके आई हैं पटियाले सिविल सर्जन साहब को एक तरीक तो हूँ कोई डॉक्टर नहीं वैसे पहले आए थे डॉक्टर एकता और डॉक्टर दलजीत पिछले महीने से इतने दो दिन आते दो दिन वह आते दो दिन वह आते हूँ जिम्मे पेशेंट आता फिर तुम कितने रैफर कर रजिंद्रा जी पहले तो असं कॉल करते ना सानू सौखा से डॉक्टर आ जाते थे पर हूँ असं रजिंद्रा भेज दी। तुसी देखिए जो स्टाफ आ वह भी कह रहा है भी असी रजिंद्रा हस्पताल जो है मरीजों को भेज देंगे तस्वीर तुहानू एक बारी हस्पताल दियां दिखा दिए हस्पताल जो वार्ड बने हुए ने वह भी बिल्कुल खाली ने भावें स्पैशल रूम होवे जा कोई आम वार्ड होवे बिल्कुल खाली ने क्योंकि अंदरलिया तस्वीर तुहानू दिखा दिंदे आ अंदरलिया तस्वीर जो बैड ने बिल्कुल खाली ने इत्थे कोई भी मरीज नहीं हैगा क्योंकि सरकार वल्लों जो दावे किए जा रहे हैं सेहत सहूलतों के बिल्कुल खोखले विखाई दे रहे हैं। असी जो इत्थे दे आम पार्टी के आगू ने जस्सी सोइयां वाले उन्हां नाल गल करांगे की कहना चाहते तुसी सरकार वड्डे वड्डे दावे करदी आ जमीनी पद्धर ते दावे खोखले एक डेढ़ महीने तो इत्थे डॉक्टर ही नहीं गए नहीं दा देखो दावे तो जिहड़े सरकार कह रहे तुहानू पता ही लग गया जी किवें आ सारे हस्पताल दे विच जिहड़ा गैनी डॉक्टर नहीं हैगा इत्थे ते जिस करके जिहड़ियां साडियां भैणां ने इत्थे आउंदियां ने इलाज लई उहनां नू बड़ी वड्डी प्रॉब्लम आ रही आ डिलीवरी लई आ रही इहनां नू तुरंत पटियाले भेज दित्तां तां पटियाले देखो जाण दे विच लोकां नू किन्नी मुश्किल आउंदी आ लोक तां बेचारे इत्थे पिंडां तों आ के मसां अपने पिंडां नू जांदे ने ते पर सरकार कहिंदी असीं इलाज हस्पतालां च वधिया ही डॉक्टर पूरे ने स्टाफ पूरा पर दूजे पासे जिहड़े सारे दावे ने सरकार दे पहलां कैप्टन साहब कहिंदे रहे ने हुण चन्नी साहब नवें नवें मुख्यमंत्री बने ने ते उह भी कह रहे ने हस्पतालां च पूरा इलाज वधिया हो रहा है जी पर इधर तो साडे डॉक्टर नहीं हैगे गैनी दे ते जिस करके औरतां नूं बहुत वड्डी प्रॉब्लम आ रही आ हर तरह उन्होंने अपनी कोई प्रॉब्लम हुंदी आ उन्हें दिखाउणा डॉक्टर नूं ते कोई डिलीवरी दा केस आउंदा उहनूं बड़ी प्रॉब्लम आउंदी आ जिस करके जिहड़ी सरकार नूं लख लाणत पाउणे आ कि जेकर चन्नी साहब साडी आवाज़ सुणदे ने तां नाभा दे सरकारी हस्पताल सिविल हस्पताल नाभा दे विच जल्दी ही डॉक्टर का जिहड़े लेडी डॉक्टर का प्रबंध कर तां जो लोकां नूं मुश्किल का सामना करना पवे महंगे भाए प्राइवेट हस्पतालां दे विच जदों कोई डिलीवरी कराउण जांदा तां उत्थे हज़ारां रुपया लग जांदे अद्ध अद्धा लख रुपया लगता ते पर लोकां लवे पैसे ही नहीं हैगा किसी पहलां नोटबंदी ने पैसा खत्म करता लोकां दा ते हुण जिहड़े करोना महामारी आ डेढ़ दो साल तो चली आ ते उहने लोकां दा बिजनेस ठप्प करते ने जी लोक कित्थे जाण जे साडी सरकार अज लोकां दे नाल नहीं खड़ूगी फिर लोक कित्थे जाण फिर सरकार साडे तों टैक्स क्यों लैंदी आ इह सब सरकार अपने जिहड़े झूठे लोगों इश्तहार दे जांदे ने हस्पतालां च वड्डे वड्डे होल्डिंग ला रहे ने कि हस्पतालां च वधिया इलाज आ जी फ्री दवाइयां ने पर कोई वादे इन्हां दे पूरे नहीं हैगे जिस करके जिहड़ी सरकार झूठे वादे करदी आ पर जे उल्टा तुसीं दिल्ली दे विच जाके देखोगे श्री अरविंद केजरीवाल जी सरकार ने जो कहा वो किया सरकारी हस्पताल किते भी चले जाओ उत्थे फ्री इलाज है जी फ्री दवाइया ने फ्री टैस्ट ने कोई महंगे तो महंगा इलाज भी फ्री हो रहा डॉक्टर सवेरे दे टाइम सवेर तो लैके रात तक 24 घंटे जिहड़े डॉक्टर मौजूद रहिंदे ने कोई ये नहीं कमी होगी फलाना डॉक्टर नहीं मिल रहा जेकर कोई डॉक्टर की कमी पाई जाती है तो तुरंत उहदे ते कार्रवाई की जाती है कि तुसीं क्यों नहीं दस्सिया कि अज्ज फलाना डॉक्टर नहीं हैगा पर इत्थे तां कोई बाली वारस ही नहीं हैगा पंजाब दा जी हुण कांग्रेस आप दे लई लड़ी जाती है कुर्सी पिछे पहलां सिद्धू साहब कही गए ने जी कैप्टन साहब कम नहीं करे तो हुण चन्नी साहब नूं कम नहीं करन दे रहे मैनूं लगदा इह तां सिर्फ कुर्सी दा रौला पै रहा तो प्रशांत किशोर जी एक गेम खेड रहे ने पर पंजाब दे लोकां नूं अणदेखिया किया जी इन्हां ने अज तक हस्पतालां दे विच इलाज है नहीं स्कूलों च पढ़ाई है नहीं टीचर बहुत वधिया ने क्वालीफाइड टीचर दे जिहड़े पढ़े लिखे ने कुछ करना चाहुंदे ने सरकार उहनां सहूलत ही नहीं दिंदी स्कूलों के खेडने लिए ग्राउंड है नहीं इत्थे तुसीं हस्पताल दे विच लाओ किन्ना पुराना हस्पताल आ साडा नाभे दे विच अज तक कोई वधिया इत्थे कोई अपने टैस्ट जिहड़े महंगे टैस्ट ने वो फ्री होने चाहिए ने अल्ट्रासाउंड ने वो होने चाहिए ने इत्थे मतलब तकरीबन मशीन पई है मैनूं लगदा शायद डॉक्टर होना नहीं अल्ट्रासाउंड तो सिटी स्कैन भी जिहड़ा हैगा भारी जिहड़े हैगे गरीब लोग पटियाले करवाउण जांदे ने प्राइवेट च इत्थे कुछ सहूलत नहीं हैगी
ਨਹੀਂ ਇਹੀ ਹੈ ਨਾ, ਇੱਥੇ ਤਾਂ ਜੇ ਕੋਈ ਮਾੜਾ ਮੋਟਾ ਐਕਸੀਡੈਂਟ ਹੋ ਗਿਆ ਜੀ, ਇੱਥੇ ਮਾੜੀ ਮੋਟੀ ਪੱਟੀ ਕਰੀ ਅਤੇ ਦੋ ਟਾਂਕੇ ਲਾਏ, ਕਹਿੰਦੇ ਨੇ ਜੀ ਇਹ ਤਾਂ ਬਹੁਤ ਐਮਰਜੈਂਸੀ ਆ, ਪਟਿਆਲੇ ਲੈ ਜਾਓ। ਪਟਿਆਲੇ ਵਾਲੇ ਬਹੁਤਾ ਹੋਊਗਾ ਕਹਿੰਦੇ ਪੀ ਜੀ ਆਈ ਲੈ ਜਾਓ, ਜਦੋਂ ਕਿ ਚਾਹੀਦਾ ਹੈ ਜੇ ਜ਼ਿਆਦਾ ਕੋਈ ਐਮਰਜੈਂਸੀ ਹੋਵੇ ਤਾਂ ਇਸ ਹਸਪਤਾਲ ਤੋਂ ਤਾਂ ਭੇਜਣਾ ਚਾਹੀਦਾ, ਜੇ ਕੋਈ ਠੀਕ ਆ ਵੀ ਇੱਥੇ ਹੀ ਠੀਕ ਹੋ ਸਕਦਾ ਤਾਂ ਉਹਨੂੰ ਬਾਹਰ ਭੇਜਣ ਦੀ ਕੋਈ ਲੋੜ ਨਾ ਪਵੇ, ਕਿਉਂਕਿ ਇੱਕ ਤਾਂ ਮਰੀਜ਼ ਵੈਸੇ ਇਲਾਜ ਲਈ ਆਉਂਦਾ ਹੈ ਨਾ ਦੁਖੀ ਹੁੰਦਾ, ਅਤੇ ਦੂਜੇ ਜਿਹੜੇ ਉਹਨਾਂ ਦੇ ਪਰਿਵਾਰ ਵਾਲੇ ਨੇ ਉਹਨਾਂ ਨੂੰ ਜਾ ਕੇ ਪਟਿਆਲੇ ਜਾਓ ਜੀ ਕਦੇ ਚੰਡੀਗੜ੍ਹ, ਇਹਨਾਂ ਮੁਸ਼ਕਲਾਂ ਦਾ ਬਹੁਤ ਵੱਡਾ ਸਾਹਮਣਾ ਕਰਨਾ ਪੈਂਦਾ। ਜਿਵੇਂ ਕਾਊਂਟਰਾਂ ਦੀ ਗੱਲ ਜੇ ਕਰੀ ਜਾਵੇ, ਮਰੀਜ਼ ਪਰਚੀ ਕਟਾਉਣ ਵਾਲੇ ਉੱਥੇ ਵੀ ਨਹੀਂ ਕੋਈ ਹੈਗਾ, ਵੱਡੀਆਂ ਵੱਡੀਆਂ ਲਾਈਨਾਂ ਲੱਗੇ ਹੋਏ ਨੇ, SM ਨੂੰ ਆਪ ਤਾਂ ਨਿਕਲ ਕੇ ਬਾਹਰ ਦੇਖਣਾ ਚਾਹੀਦਾ ਹੈਗਾ ਵੀ ਕੀ ਹੋ ਰਿਹਾ ਕੀ ਨਹੀਂ, AC ਕਮਰੇ 'ਚ ਸਭ ਕੁਛ ਥੋੜ੍ਹੀ ਹੁੰਦਾ ਗਾ। ਨਹੀਂ ਬਿਲਕੁਲ, ਦੇਖੋ ਇਹ ਤਾਂ ਜੇ SMO ਸਾਹਿਬ ਦੇਖਣਗੇ ਜਾ ਕੇ, ਹੁਣ ਜੇ ਕੋਈ SDM ਆਪਣੇ ਸ਼ਹਿਰ 'ਤੇ ਦੇਖਣੇ ਜਾਊਗਾ ਕਿ ਕਿੱਥੇ ਕੀ ਹੋ ਰਿਹਾ ਵਾ ਕਿ ਕੁਰਸੀ 'ਤੇ ਬਹਿ ਗਿਆ ਆ ਕੇ ਜਾਂ ਆਪਣੇ ਚਲੇ ਗਏ ਡਿਊਟੀ ਦੇ ਕੇ, ਇੰਨਾ ਵੀ ਨਹੀਂ ਹੁੰਦਾ ਕਿਸੇ ਅਫਸਰ ਦਾ ਫਰਜ਼, ਤਾਂ ਉਹਨਾਂ ਨੂੰ ਹਸਪਤਾਲ ਦੇ ਵਿੱਚ ਵੀ ਦੇਖਣਾ ਚਾਹੀਦਾ, ਅਤੇ ਸਰਕਾਰ ਨੂੰ ਮੈਨੂੰ ਲੱਗਦਾ ਲਿਖ ਕੇ ਸ਼ਾਇਦ ਭੇਜਿਆ ਵੀ ਹੋ ਸਕਦਾ, ਪਰ ਜੇ ਨਹੀਂ ਭੇਜਿਆ ਤਾਂ ਭੇਜਣਾ ਚਾਹੀਦਾ ਕਿ ਇੱਥੇ ਡਾਕਟਰ ਦਾ ਪ੍ਰਬੰਧ ਨਹੀਂ ਹੈਗਾ ਅਤੇ ਜਿਹੜੀ ਲੋਕਾਂ ਦੀ ਸਮੱਸਿਆ ਉਹਦਾ ਹੱਲ ਹੋ ਸਕੇ। ਤੁਸੀਂ ਦੇਖਿਆ ਆਮ ਪਾਰਟੀ ਦੇ ਸੀਨੀਅਰ ਆਗੂ ਨੇ ਜੱਸੀ ਸੋਹੀਆਂ ਵਾਲਾ, ਇਹਨਾਂ ਨੇ ਵੀ ਕਿਹਾ ਕਿ ਸਰਕਾਰ ਨੂੰ ਸੋਚਣਾ ਚਾਹੀਦਾ ਇੱਥੇ ਜੋ ਜਨਾਨਾ ਹਸਪਤਾਲ ਆ ਇਸ ਵਿੱਚ ਡਾਕਟਰ ਤਾਇਨਾਤ ਕਰਨਾ ਚਾਹੀਦਾ। ਦੂਜੇ ਪਾਸੇ ਜੇ SMO ਦਲਵੀਰ ਕੌਰ ਦੀ ਗੱਲ ਕੀਤੀ ਜਾਵੇ, ਇਸ ਸੰਬੰਧੀ ਵਿੱਚ ਜਦੋਂ ਪੁੱਛਣਾ ਚਾਹਿਆ ਉਹਨਾਂ ਨੇ ਕੈਮਰੇ ਅੱਗੇ ਆਉਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਦੂਜੇ ਪਾਸੇ ਜੋ ਜਨਾਨਾ ਹਸਪਤਾਲ ਦੇ ਇੱਥੇ ਸਟਾਫ ਆ ਉਹ ਬੋਲਣ ਨੂੰ ਤਿਆਰ ਆ, ਡਾਕਟਰ SMO ਦਲਵੀਰ ਕੌਰ ਬੋਲਣ ਨੂੰ ਕਿਉਂ ਨਹੀਂ ਤਿਆਰ ਆ? ਪਰ ਹੁਣ ਦੇਖਣਾ ਤਾਂ ਇਹ ਹੋਵੇਗਾ ਕਿ ਇਸ ਖਬਰ ਨਸ਼ਰ ਤੋਂ ਹੋਣ ਤੋਂ ਬਾਅਦ ਸਰਕਾਰ ਜਾਗਦੀ ਹੈ ਕਿ ਨਹੀਂ, ਜਾਂ ਲੋਕਾਂ ਨੂੰ ਇਸੇ ਤਰ੍ਹਾਂ ਖੱਜਲ ਖਵਾਰ ਹੋਣਾ ਪਵੇਗਾ। ਨਾਭਾ ਤੋਂ ਭੁਪਿੰਦਰ ਸਿੰਘ, ਗਲੋਬਲ ਪੰਜਾਬ TV ਲਈ। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ TV ਨੂੰ, ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ, ਰੋਕੂ ਅਤੇ ਐਮਾਜ਼ਾਨ ਫਾਇਰ TV ਤੇ ਜਾਂ ਐਪਲ TV ਤੇ, ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ।